ਚੰਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜਿਸ ਵੇਲੇ ਦੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੇ ਕਿਸਾਨ ਭਰਾਵਾਂ ਲਈਾਈ ਵੱਡੀ ਖੁਸ਼ਖਬਰੀ ਹੁਣ ਖੁੱਲ ਜਾਵੇਗੀ ਕਿਸਾਨ ਵੀਰਾਂ ਦੀ ਕਿਸਮਤ ਜਾਣਨ ਦੇ ਲਈ ਵੀਡੀਓ ਨੂੰ ਅੰਤ ਤੱਕ ਦੇਖ ਲਿਓ ਤੁਹਾਨੂੰ ਪੂਰੀ ਖਬਰ ਦਾ ਪਤਾ ਲੱਗ ਜਾਏਗਾ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ ਸੋ ਖੇਤੀਬਾੜੀ ਦੇ ਖੇਤਰ ਵਿੱਚ ਕਿਸਾਨ ਬਣਨ ਤੋਂ ਇਲਾਵਾ ਕੁਝ ਆਪਸ਼ਨਸ ਹਨ ਜੇਕਰ ਤੁਸੀਂ ਖੇਤੀਬਾੜੀ ਦੇ ਖੇਤਰ ਵਿੱਚ ਆਪਣਾ ਕੈਰੀਅਰ ਬਣਾਉਣਾ ਚਾਹੁੰਦੇ ਹੋ ਕੈਰੀਅਰ ਦੇ ਆਪਸ਼ਨ ਬਾਰੇ ਨਹੀਂ ਜਾਣਦੇ ਤਾਂ ਤੁਸੀਂ ਇਸ ਦੇ ਵਿੱਚ ਸੋਚਣ ਲੱਗ ਜਾਓਗੇ ਖੇਤੀਬਾੜੀ ਅਰਥਸ਼ਾਸਤਰੀ ਇੱਕ ਖੇਤੀਬਾੜੀ ਅਰਥਸ਼ਾਸਤਰੀ ਆਰਥਿਕ ਫੈਸਲੇ ਲਈ ਸਰਦਾਤਾ ਨੂੰ ਸਮਝਦਾ ਲਾਗੂ ਕਰਦਾ ਜਿਵੇਂ ਕਿ ਸਰਕਾਰ ਕਿਸਾਨਾਂ ਦਾ ਸਮਰਥਨ ਕਿਵੇਂ ਕਰਦੀ ਉਹ ਆਰਥਿਕ ਕੰਕੜਿਆਂ ਦਾ ਵਿਸ਼ਲੇਸ਼ਣ ਕਰਦੇ ਹਨ ਕੁਝ ਖੇਤੀਬਾੜੀ ਅਰਥਸ਼ਾਸਤਰੀ ਵੀ ਡਾਟਾ ਦੀ ਇੱਕ ਸ਼੍ਰੇਣੀ ਦੀ ਗਣਨਾ ਅਤੇ ਵਿਸ਼ਲੇਸ਼ਣ ਕਰਨ ਦੇ ਲਈ ਆਪਣੇ ਦਫ਼ਤਰਾਂ ਵਿੱਚ ਕੰਮ ਕਰਦੇ ਨੇ ਖੇਤੀਬਾੜੀ ਇੰਜੀਨੀਅਰ ਇੱਕ ਖੇਤੀਬਾੜੀ ਇੰਜੀਨੀਅਰ ਨਵੇਂ ਉਪਕਰਨਾ ਅਤੇ ਮਸ਼ੀਨਾਂ ਨੂੰ ਡਿਜ਼ਾਈਨ ਕਰਨ ਲਈ ਕੰਪਿਊਟਰ ਸਹਾਇਤਾ ਪ੍ਰਾਪਤ ਤਕਨਾਲੋਜੀ ਦੀ ਵਰਤੋਂ ਕਰਕੇ ਖੇਤੀ ਦੇ ਅਭਿਆਸਾਂ ਨੂੰ ਬਿਹਤਰ ਬਣਾਉਣ ਦੀ ਕੋਸ਼ਿਸ਼ ਕਰਦਾ ਹੈ ਇਸ ਤੋਂ ਇਲਾਵਾ ਉਹ ਕਿਸਾਨਾਂ ਅਤੇ ਕਾਰੋਬਾਰਾਂ ਨੂੰ ਜ਼ਮੀਨਾਂ ਤੋਂ ਬਾਹਰ ਵਰਤੋਂ ਦੀ ਵੀ ਸਲਾਹ ਦਿੰਦਾ ਹੈ ਮੌਸਮ ਦਾ ਮੁਲਾਂਕਣ ਕਰਨ ਅਤੇ ਜੀਪੀਐਸ ਤੋਂ ਡਾਟਾ ਪ੍ਰਦਾਨ ਕਰਨ ਦਾ ਕੰਮ ਕਰਦਾ ਹੈ ਜੀ ਫਾਰਮਰ ਮੈਨੇਜਰ ਇੱਕ ਫਾਰਮਰ ਮੈਨੇਜਰ ਫਾਰਮ ਦਾ ਸੰਚਾਲਨ ਦੀ ਨਿਗਰਾਨੀ ਕਰਦਾ ਏ ਤੇ ਕਈ ਤਰ੍ਹਾਂ ਦੇ ਮਾਪ ਡੰਡਾ ਨੂੰ ਧਿਆਨ ਵਿੱਚ ਰੱਖਦੇ ਹੋਏ ਵਪਾਰਕ ਫੈਸਲੇ ਲੈਂਦਾ ਏ ਬਜਟ ਨੂੰ ਵੀ ਧਿਆਨ ਵਿੱਚ ਰੱਖਦਾ ਏ ਖੇਤ ਭਾਵਨਾ ਤੇ ਉਪਕਰਨਾਂ ਦੀ ਸਾਂਭ ਸੰਭਾਲ ਅਤੇ ਮੁਰੰਮਤ ਦਾ ਪ੍ਰਬੰਧ ਕਰਦਾ ਏ ਖੇਤੀ ਉਤਪਾਦਾਂ ਨੂੰ ਮੰਡੀ ਦੇ ਵਿੱਚ ਪਹੁੰਚਾਉਂਦਾ ਏ ਇਸ ਕੰਮ ਲਈ ਤੁਹਾਨੂੰ ਖੇਤੀ ਬਾਰੇ ਪੁਰਾਣੇ ਤਜਰਬੇ ਦੇ ਨਾਲ ਨਾਲ ਤਕਨੀਕੀ ਗਿਆਨ ਦੀ ਲੋੜ ਹੋਵੇਗੀ ਕਿਉਂਕਿ ਤੁਹਾਨੂੰ ਕਾਰਜਾਂ ਦੇ ਨਾਲ ਨਾਲ ਪ੍ਰਸ਼ਾਸਨਿਕ ਕੰਮਾਂ ਤੇ ਵੀ ਕੰਮ ਕਰਨਾ ਹੁੰਦਾ ਹੈ ਸੋਇਲ ਅਤੇ ਪlant ਸਾਇੰਟਿਸਟ ਸੋਇਲ ਅਤੇ ਪlant ਸਾਇੰਟਿਸਟ ਇਹ ਮੁਲਾਂਕਣ ਕਰਨ ਲਈ ਮਿੱਟੀ ਦੀ ਬਣਤਰ ਦੀ ਜਾਂਚ ਕਰਦਾ ਹੈ ਇਹ ਪੌਦੇ ਦੇ ਵਿਕਾਸ ਨੂੰ ਕਿਵੇਂ ਪ੍ਰਭਾਵਿਤ ਕਰਦੀ ਹੈ ਫਸਲਾ ਉਗਾਉਣ ਲਈ ਵਿਕਲਪਕ ਤਰੀਕਿਆਂ ਦੀ ਖੋਜ ਕਰਦਾ ਤੇ ਇਸ ਡੇਟਾ ਨੂੰ ਇੱਕ ਰਿਪੋਰਟ ਦੇ ਰੂਪ ਵਿੱਚ